ਕੋਈ ਦਾਤੀ ਤੇ ਨਤਮਸਤਕ ਹੋਣ ਵਾਸਤੇ ਇੱਥੇ ਆਇਆ ਤੇ ਨਾ ਕੋਈ ਬਖਸ਼ਿਸ਼ ਲੈਣ ਵਾਸਤੇ ਆਇਆ ਕਿ ਸਾਰੀ ਉਮਰ ਗਰੀਬ ਭਾਈਚਾਰੇ ਵਾਸਤੇ ਪਿਛੜੇ ਕੁਚਲੇ ਹੋਏ ਵਰਗ ਵਾਸਤੇ ਖਾਸ ਤੌਰ ਤੇ ਅਸੀਂ ਭਾਈਚਾਰੇ ਰਵਿਦਾਸ ਨਾਮ ਮੰਨਣ ਵਾਲੀ ਸਾਰੀ ਸੰਗਤ ਵਾਸਤੇ ਤੇ ਜਿਹੜਾ ਵੀ ਕੋਈ ਸਮਾਜ ਦੇ ਵਿੱਚ ਪਿਛੜ ਗਿਆ ਉਹਨਾਂ ਵਾਸਤੇ ਹਮੇਸ਼ਾ ਲੜਾਈ ਲੜ ਰਿਹਾ ਉਹਦੇ ਵਾਸਤੇ ਬਲ ਬਖਸ਼ਣ ਗੁਰਦੇਵ ਦੇ ਅੱਗੇ ਨਤਮਸਤਕ ਹੋਣ ਵਾਸਤੇ ਹੈ। ਆਉਣ ਵਾਲੇ ਸਮੇਂ ਦੇ ਅੰਦਰ ਵੀ ਉਸੇ ਤਰ੍ਹਾਂ ਹੀ ਗਰੀਬ ਪਿਛੜੇ ਸਮਾਜ ਦੀ ਲੜਾਈ ਲੜ ਰਹੀ ਹੈ ਕਿਉਂਕਿ ਆਪਣੇ ਪੂਰੇ ਜੀਵਨ ਕਾਲ ਦੇ ਅੰਦਰ ਕਿਤੇ ਵੀ ਕਿਸੇ ਸਮਾਜ ਦੇ ਪ੍ਰਤੀ ਜਾਂ ਕਿਸੇ ਵਿਅਕਤੀ ਦੇ ਪ੍ਰਤੀ ਕੋਈ ਵੀ ਦੁਰਭਾਵਨਾ ਸੋਚੀ ਵੀ ਨਹੀਂ। ਕਿਸੇ ਵਾਸਤੇ ਕੋਕ ਸ਼ਬਦ ਕਹਿਣ ਦਾ ਕੋਈ ਫਾਇਦਾ ਨਹੀਂ, ਮਤਲਬ ਹੀ ਨਹੀਂ ਪੈਦਾ ਹੁੰਦਾ। ਫਿਰ ਵੀ ਮੈਂ ਸਮਝਦਾ ਹਾਂ ਕਿਸੇ ਦੇ ਮਨ 'ਚ ਕੋਈ ਅਗਰ ਕਿਸੇ ਕਿਸਮ ਦੀ ਕੋਈ ਭਾਵਨਾ ਕੋਈ ਖੇਚਣਾ ਜਾਂ ਕਿਸੇ ਕਿਸਮ ਦੀ ਗੱਲ ਸਮਝ ਹੈ ਉਹਦੇ ਵਾਸਤੇ ਮੈਂ ਖੇਚ ਪਹਿਲੇ ਵੀ ਪ੍ਰਗਟ ਕੀਤਾ ਅਤੇ ਹੁਣ ਵੀ ਮੈਂ ਇੱਥੇ ਗੁਰਦੇਵ ਦੇ ਜਦੋਂ ਉਹਨਾਂ ਦੀ ਜਨਮ ਸਥਾਨੀ 'ਤੇ ਆਇਆ ਤਾਂ ਮੈਂ ਸਮਝਦਾ ਵੀ ਅੱਗੇ ਵੀ ਪ੍ਰਗਟੇ ਹੋ ਕੇ ਇਹਨਾਂ ਵਾਸਤੇ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ ਸਮਾਜ ਦੀ ਬਿਹਤਰੀ ਵਾਸਤੇ ਅਤੇ ਸਾਰੇ ਵਰਗਾਂ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਸਾਡੇ ਗਰੀਬ ਪਿਛੜੇ ਰੱਸੀ ਭਾਈਚਾਰੇ ਦੇ ਲੋਕ ਹੈ ਉਹਨਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ। ਜੈ ਹਿੰਦ।